ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਐਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਚੁੱਕੀ ਹੈ ਆਖਰ ਹੋ ਗਈ ਉਹੀ ਗੱਲ ਜਿਸ ਦਾ ਅਸੀਂ ਸਭ ਨੂੰ ਡਰ ਤਾਲਿਬਾਨ ਨੂੰ ਲੈ ਕੇ ਇੰਗਲੈਂਡ ਤੋਂ ਆ ਗਈ ਇਹ ਵੱਡੀ ਖਬਰ ਵੀਡੀਓ ਨੂੰ ਪੂਰੀ ਅੰਤ ਤੱਕ ਦੇਖ ਲਓ ਪੂਰੀ ਖਬਰ ਦਾ ਤੁਹਾਨੂੰ ਪਤਾ ਲੱਗ ਜਾਵੇਗਾ ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜੀ ਹਾਂ ਦੋਸਤੋ ਵੱਡੀ ਖਬਰ ਆ ਚੁੱਕੀ ਹੈ ਇੰਗਲੈਂਡ ਤੋਂ ਹੁਣ ਤਾਲੀਬਾਨ ਤੋਂ ਇੰਗਲੈਂਡ ਜਾਣ ਵਾਲੇ ਯਾਤਰੀਆਂ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ 15 ਅਗਸਤ ਤੋਂ ਬਾਅਦ ਸਾਰੇ ਦੇਸ਼ਾਂ ਨੇ ਬਲੋ ਅਫਗਾਨਿਸਤਾਨ ਵਿੱਚ تعینਤ ਆਪਣੇ ਨਾਗਰਿਕ ਅਤੇ ਅਧਿਕਾਰੀਆਂ ਨੂੰ ਵਾਪਸ ਬੁਲਾ ਲਿਆ ਗਿਆ ਤੇ ਉੱਥੇ ਹੀ ਇਸ ਫੌਜ ਦੇ ਜਹਾਜ਼ਾਂ ਦੇ ਰਾਹੀਂ ਇਨ੍ਹਾਂ ਲੋਕਾਂ ਨੂੰ ਸੁਰੱਖਿਆ ਦਿੱਤਾ ਗਿਆ ਤੇ ਉੱਥੇ ਹੀ ਹੁਣ ਬੀਤੇ ਦਿਨੀ ਬ੍ਰਿਟਿਸ਼ ਫੌਜ ਦੇ ਨਾਲ ਕੰਮ ਕਰਨ ਵਾਲੇ ਅਫਗਾਨ ਸਪੈਸ਼ਲ ਫੋਰਸ ਕਮਾਂਡੋ ਦੇ ਬ੍ਰਿਟਿਸ਼ ਪਹੁੰਚਿਆ ਨ ਤੇ ਉਸ ਨੂੰ ਕਾਬੂ ਕੀਤਾ ਗਿਆ ਦੱਸਿਆ ਗਿਆ ਕਿ ਉਹ ਜਿੱਥੇ ਇਹ ਅਫਗਾਨ ਨਾਗਰਿਕ ਬ੍ਰਿਟਿਸ਼ ਆਫ ਫਾਇਦੇ ਨਾਲ ਕੰਮ ਕਰਦਾ ਤੇ ਉੱਥੇ ਹੀ ਉਹਦਾ ਰਿਸ਼ਤਾ ਤਾਲਿਬਾਨ ਦੇ ਨਾਲ ਵੀ ਹੈ ਜਿਸ ਨੂੰ ਤਾਲਿਬਾਨ ਦੇ ਨਾਲ ਸਬੰਧ ਰੱਖਣ ਦੇ ਦੋਸ਼ ਵਿੱਚ ਬ੍ਰਿਟਨ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਉੱਥੇ ਅਫਗਾਨਿਸਤਾਨ ਤੋਂ ਬ੍ਰਿਟਨ ਪਹੁੰਚੀ ਇਸ ਤੀਸਤੀ ਸਾਲਾ ਸਾਕਸ਼ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਵੀ ਜ਼ਾਹਿਰ ਕੀਤੇ ਜਾ ਰਹੇ ਹਨ ਕਿਉਂਕਿ ਅਫਗਾਨਿਸਤਾਨ ਦੇ ਰੈਸਕਿਊ ਆਪਰੇਸ਼ਨ ਨੂੰ ਲੈ ਕੇ ਮਾਹਿਰਾਂ ਨੇ ਜੋ ਸ਼ੰਕਾ ਪ੍ਰਗਟਾਈ ਸੀ ਉਹ ਹਣ ਸਹੀ ਸਾਬਤ ਹੁੰਦੀ ਨਜ਼ਰ ਆਉਂਦੀ ਹੈ